ਪ੍ਰੇਜ਼ ਦ ਲੋਰਡ ਹਾਊਸ ਆਫ ਗਲੋਰੀ ਚਰਚ ਥੋੜ੍ਹਾ ਕਿ ਪੈਗਾਮ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ ਜਸਟ ਅ ਸ਼ੋਰਟ ਪੀਚੀ ਤਾਂ ਕਿ ਸਾਨੂੰ ਖੁਦਾਵੰਦ ਦੇ ਕਲਾਮ 'ਚੋਂ ਬਰਕਤ ਮਿਲੇ ਜਸਟ ਵਾਂਟ ਟੂ ਸ਼ੇਅਰ ਅ ਵੈਰੀ ਸਮਾਲ ਮੈਸੇਜ ਇੱਕ ਛੋਟਾ ਸਾ ਕਲਾਮ ਖੁਦਾਵੰਦ ਕਾ ਸ਼ੇਅਰ ਕਰੇਂਗੇ ਤੋ ਜੋ ਖੁਦਾਵੰਦ ਨੇ ਮੇਰੇ ਦਿਲ ਮੇ ਬਾਤ ਡਾਲੀ ਹੈ ਵੋ ਹੈ ਖੁਦਾ ਕੇ ਰੂਹ ਕੇ ਹੋਲੀ ਸਪਿਰਿਟ ਕੇ ਪਾਕ ਰੂਹ ਕੇ ਫਲ ਉਨਕੇ ਬਾਰੇ ਮੇ ਥੋੜ੍ਹੀ ਸੀ ਬਾਤ ਕਰੇਂਗੇ ਕਿ ਵੋ ਪਾਕ ਰੂਹ ਕੇ ਜੋ ਫਲ ਹੈ ਉਹ ਕੈਸੇ ਹਮ ਆਪਣੀ ਜ਼ਿੰਦਗੀ ਮੇ ਜ਼ਿਆਦਾ ਜ਼ਾਹਿਰ ਕਰ ਸਕਦੇ ਹਾਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਅਸੀਂ ਜਿਹੜਾ ਪਾਕ ਰੂਹ ਦੇ ਹੋਲੀ ਸਪਿਰਿਟ ਦੇ ਫਲਾਂ ਨਾਲ ਅਸੀਂ ਅੱਗੇ ਵਧ ਸਕਦੇ ਹਾਂ ਅਤੇ ਉਹ ਕੀ ਤਰੀਕਾ ਜਿਸ ਤਰ੍ਹਾਂ ਕਿ ਅਸੀਂ ਉਹ ਫਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜ਼ਾਹਿਰ ਕਰ ਸਕਦੇ ਹਾਂ ਸੋ ਗਲੇਸ਼ੀਅਨਸ ਚੈਪਟਰ 5 ਗਲਤੀਆਂ ਦਾ ਜਿਹੜਾ ਖੱਤ ਹੈ ਔਰ 5th ਚੈਪਟਰ 5ਵੇਂ ਬਾਬ ਦੇ ਵਿੱਚ ਔਰ 22ਵੀਂ ਆਇਤ ਦੇ ਵਿੱਚ ਅਸੀਂ ਪੜ੍ਹਨੇ ਹਾਂ ਫਲਾਂ ਦੇ ਬਾਰੇ 'ਚ ਅਤੇ ਲਿਖਿਆ ਹੋਇਆ ਕਿ ਬਟ ਦ ਹੋਲੀ ਸਪਿਰਿਟ ਪ੍ਰੋਡਿਊਸਿਸ ਦਿਸ ਕਾਇੰਡ ਆਫ ਫਰੂਟ ਜਿਹੜਾ ਪਾਕਰੂ ਇਸ ਤਰ੍ਹਾਂ ਦਾ ਫਰੂਟ ਇਸ ਤਰ੍ਹਾਂ ਦੇ ਫਲ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਨਾ ਉਹ ਪ੍ਰੋਡਿਊਸ ਕਰਦਾ ਪੈਦਾ ਕਰਦਾ ਲਵ ਜੋਏ ਪਿਆਰ ਜੋਏ ਖੁਸ਼ੀ ਪੀਸ ਅਮਨ ਸ਼ਾਂਤੀ ਵੀ ਜਿਹਨੂੰ ਕਹਿੰਦੇ ਨੇ ਪੇਸ਼ੈਂਸ ਆਰਾਮ ਨਾਲ ਜਿਹੜਾ ਇੰਤਜ਼ਾਰ ਕਰਨਾ ਪੇਸ਼ੈਂਟ ਰਹਿਣਾ ਠੀਕ ਹੈ ਕਾਇੰਡਨੈਸ ਕਿਸੇ ਦਾ ਭਲਾ ਕਰਨਾ ਗੁੱਡਨੈਸ ਕਿਸੇ ਦੇ ਨਾਲ ਚੰਗਾਈ ਕਰਨੀ ਫੇਥਫੁਲਨੈਸ ਤਨ ਅੱਛੇ ਤਰੀਕੇ ਦੇ ਨਾਲ ਫੇਥਫੁਲ ਰਹਿਣਾ ਵਫਾਦਾਰ ਰਹਿਣਾ ਜੈਂਟਲਨੈਸ ਨਰਮੀ ਅਤੇ ਸੈਲਫ ਕੰਟਰੋਲ ਆਪਣੇ ਆਪ ਨੂੰ ਕੰਟਰੋਲ 'ਚ ਆਪਣੇ ਆਪ ਨੂੰ ਕਾਬੂ 'ਚ ਰੱਖਣਾ ਐਂਡ ਨੋ ਗਿਫਟ ਜਿਹੜੇ ਨੇ ਨੋ ਫਰੂਟ ਜਿਹੜੇ ਨੇ ਹੋਲੀ ਸਪਿਰਿਟ ਦੇ ਪਾਕਰੂ ਦੇ ਫਲ ਉਹਨਾਂ ਨੂੰ ਕਿਹਾ ਜਾਂਦਾ ਹੈ ਅਤੇ ਅਸੀਂ ਗੌਰ ਕਰਨਾ ਇਸ ਚੀਜ਼ ਦੇ ਉੱਤੇ ਕਿ ਇਹ ਪਾਕਰੂ ਦੇ ਫਲ ਨੇ ਨਾ ਕਿ ਪਾਕਰੂ ਦੇ ਰਿਜ਼ਲਟ ਜਾਂ ਪਾਕਰੂ ਦੇ ਅਸਰਾਤ ਜਾਂ ਪਾਕਰੂ ਦਾ ਕੰਮ ਐਂਡ ਜੋ ਵਰਡ ਇਸਤੇਮਾਲ ਕੀਤਾ ਗਿਆ ਜੋ ਅਲਫਾਜ਼ ਇਸਤੇਮਾਲ ਕੀਤੇ ਗਏ ਨੇ ਉਹ ਕਿਹਾ ਗਿਆ ਪਾਕਰੂ ਦੇ ਫਲ ਨਾ ਕਿ ਪਾਕਰੂ ਦੇ ਅਸਰਾਤ ਜਾਂ ਪਾਕਰੂ ਦੇ ਤੋਹਫੇ ਜਿਹੜੇ ਪਾਕਰੂ ਦੇ ਤੋਹਫੇ ਨੇ ਉਹ 1 ਕੁਰਿੰਥੀਅਨਸ ਚੈਪਟਰ 12 ਗ੍ਰੰਥੀਆਂ ਦੇ ਖੱਤ ਦੇ ਵਿੱਚ ਜਿਹੜਾ ਮੈਨਸ਼ਨ ਕੀਤੇ ਗਏ ਨੇ 12ਵੇਂ ਬਾਬ 'ਚ ਉਹ ਇੱਕ ਲਹਿਦਾ ਚੀਜ਼ ਹੈ ਉਹ ਪਾਕਰੂ ਦੇ ਤੋਹਫੇ ਨੇ ਉਹ ਕਿਸੇ ਵੀ ਬਿਲੀਵਰ ਨੂੰ ਕਿਸੇ ਵੀ ਜਿਹੜਾ ਵਿਸ਼ਵਾਸ ਕਰਨ ਵਾਲਾ ਹੈ ਜਿਹੜਾ ਖੁਦਾਵੰਦ ਦੀ ਪ੍ਰਸ਼ਿਸ਼ ਕਰਦਾ ਦਿਲ ਦੇ ਨਾਲ ਉਹਨਾਂ ਨੂੰ ਖੁਦਾਵੰਦ ਦਾ ਰੂਹ ਦਿੰਦਾ ਹੈ ਕਿਸੇ ਵੀ ਕਿਸਮ ਦਾ ਜਿਹੜਾ ਉਹ ਫਰੂਟ ਉਹ ਗਿਫਟ ਹੈ ਤੋਹਫਾ ਜਿਹੜਾ ਪਾਕਰੂ ਦਾ ਉਹ ਮਿਲ ਸਕਦਾ ਠੀਕ ਹੈ ਜਦੋਂ ਤੁਸੀਂ ਪ੍ਰੇ ਕਰਦੇ ਹੋ ਡਿਜ਼ਾਇਰ ਕਰਦੇ ਹੋ ਲੇਕਿਨ ਜਿਹੜੇ ਫਲ ਨੇ ਉਹ ਉਸ ਤੋਂ ਜ਼ਿਆਦਾ ਡੀਪ ਚੀਜ਼ਾਂ ਨੇ ਉਸ ਤੋਂ ਅੱਗੇ ਇੱਕ ਮਚੋਰ ਚੀਜ਼ ਹੈ ਜਿਸ ਤਰ੍ਹਾਂ ਅਸੀਂ ਖੁਦਾਵੰਦ ਦੇ ਵਿੱਚ ਜ਼ਿਆਦਾ ਵੱਧਦੇ ਜਾਂਦੇ ਹਾਂ ਅਤੇ ਸਾਡੀ ਬਹੁਤ ਸੀ ਜਿਹੜੀ ਕੰਸਨਟ੍ਰੇਸ਼ਨ ਹੈ ਨਾ ਬਹੁਤ ਜ਼ਿਆਦਾ ਕੰਸਨਟ੍ਰੇਸ਼ਨ ਉਹ ਖੁਦਾ ਦੇ ਪਾਕਰੂ ਦੇ ਤੋਹਫਿਆਂ ਦੇ ਵੱਲ ਜ਼ਿਆਦਾ ਹੋ ਜਾਂਦੀ ਹੈ ਕਿ ਯਾਰ ਅਸੀਂ ਪ੍ਰੋਫੈਸੀ ਕਰ ਸਕੀਏ ਅਸੀਂ ਕੋਈ ਗੈਰ ਜ਼ਮਾਨਾ ਦੇ ਵਿੱਚ ਤਰਜਮਾ ਕਰ ਸਕੀਏ ਜਾਂ ਕਿ ਅਸੀਂ ਮੈਡੀਕਲਸ ਕਰ ਸਕੀਏ ਜਾਂ ਸਾਡੇ ਲਈ ਉਹ ਵਰਡ ਆਫ ਵਿਜ਼ਡਮ ਜਾਂ ਵਰਡ ਆਫ ਨੌਲੇਜ ਠੀਕ ਹੈ ਉਹ ਸਾਰੀ ਚੀਜ਼ਾਂ ਜਿਹੜੀਆਂ ਮੈਨਸ਼ਨ ਕੀਤੀਆਂ ਗਈਆਂ ਜਿਹੜੇ ਤੋਹਫੇ ਮੈਨਸ਼ਨ ਕੀਤੇ ਗਏ ਨੇ ਉਹਨਾਂ ਦੇ ਉੱਤੇ ਅਸੀਂ ਜ਼ਿਆਦਾ ਜਿਹੜਾ ਨਾ ਅਟੈਨਸ਼ਨ ਕਰਨਾ ਸ਼ੁਰੂ ਕਰਦੇ ਹਾਂ ਜ਼ਿਆਦਾ ਉਹਨਾਂ ਦੇ ਉੱਤੇ ਰੁਝਾਨ ਰੱਖਦੇ ਹਾਂ ਉਹਨਾਂ ਦੇ ਬਾਰੇ 'ਤੇ ਸੋਚਦੇ ਹਾਂ ਉਹਨਾਂ ਦੇ ਬਾਰੇ 'ਤੇ ਦੁਆ ਕਰਦੇ ਹਾਂ ਲੇਕਿਨ ਪਲੂਸ ਰਸੂਲ ਜਿਹੜਾ ਉਸ ਤੋਂ ਅਗਲੇ ਚੈਪਟਰ 'ਚ 1 ਕੁਰਿੰਥੀਅਨ ਚੈਪਟਰ 13 'ਚ ਕਹਿੰਦਾ ਕਿ ਅਗਰ ਤੁਹਾਡੇ ਜ਼ਿੰਦਗੀ ਦੇ ਵਿੱਚ ਪਿਆਰ ਨਹੀਂ ਅਤੇ ਉਹ ਜਿਹੜੇ ਸਾਰੇ ਕੇ ਸਾਰੇ ਤੋਹਫੇ ਨੇ ਉਹਨਾਂ ਦਾ ਜਿਹੜਾ ਕੋਈ ਫਾਇਦਾ ਨਹੀਂ ਅਗਰ ਸਾਡੀ ਜ਼ਿੰਦਗੀ ਵਿੱਚ ਉਹ ਖੁਦਾ ਦਾ ਫਲ ਜਿਹੜਾ ਪਿਆਰ ਹੈ ਉਹ ਨਹੀਂ ਅਗਰ ਉਹ ਸਾਡੇ ਤੋਹਫੇ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਗਰ ਮੋਟੀਵੇਟਿੰਗ ਫੈਕਟਰ ਉਹਨਾਂ ਨੂੰ ਚਲਾਉਣ ਵਾਲੀ ਜਿਹੜੀ ਚੀਜ਼ ਹੈ ਉਹਨਾਂ ਨੂੰ ਜ਼ਾਹਿਰ ਕਰਨ ਵਾਲੀ ਚੀਜ਼ ਹੈ
ਉਹ ਉਹਨਾਂ ਨੂੰ ਪੁਸ਼ ਕਰਨ ਵਾਲੀ ਚੀਜ਼ ਸਾਡੀ ਜ਼ਿੰਦਗੀ ਵਿੱਚ ਅਗਰ ਲੋਕਾਂ ਲਈ ਪਿਆਰ ਨਹੀਂ ਤਾਂ ਉਹ ਤੋਹਫੇ ਜਿਹੜੇ ਨੇ ਬੇਫਾਇਦਾ ਨੇ। ਇਸ ਲਈ ਇੱਕ ਬਲੀਵਰ ਦੀ ਜਿਹੜੀ ਮਚੋਰਿਟੀ ਹੈ, ਬਲੀਵਰ ਦੀ ਮਚੋਰਿਟੀ ਜਿਹੜੀ ਹੈਗੀ ਹੈ, ਉਹ ਪਾਕ ਰੂਹ ਦੇ ਤੋਹਫਿਆਂ ਤੋਂ ਡਿਟਰਮਨ ਅਸੀਂ ਸਿਰਫ ਨਹੀਂ ਕਰ ਸਕਦੇ। ਆਫਕੋਰਸ ਉਹ ਖੁਦਾ ਦੇ ਤੋਹਫੇ ਨੇ। ਦੇਖੋ, ਤੋਹਫਾ ਜਿਹੜਾ ਕਿਸੇ ਨੂੰ ਵੀ ਮਿਲ ਸਕਦਾ, ਤੋਹਫਾ ਉਹਨੂੰ ਵੀ ਮਿਲ ਸਕਦਾ ਜੋ ਡਿਜ਼ਰਵ ਵੀ ਨਹੀਂ ਕਰਦਾ ਉਹ ਤੋਹਫਾ। ਕਦੀ ਕਦੀ ਅਸੀਂ ਕਿਸੇ ਦੀ ਸਾਲਗਿਰਾ 'ਚ ਚਾਹੀਏ, ਬਰਥਡੇ 'ਚ ਚਾਹੀਏ, ਤੁਹਾਨੂੰ ਬੰਦਾ ਪਸੰਦ ਹੋਏ ਜਾਂ ਨਾ ਹੋਏ, ਤੁਸੀਂ ਫਿਰ ਵੀ ਉਹਦੇ ਲਈ ਤੋਹਫਾ ਲੈ ਕੇ ਜਾਣਾ, ਤੁਸੀਂ ਫਿਰ ਵੀ ਉਹਨੂੰ ਤੋਹਫਾ ਦੇ ਦਿੰਦੇ ਹੋ, ਕਿਉਂਕਿ ਉਹਨਾਂ ਨੇ ਤੁਹਾਨੂੰ ਬੁਲਾਇਆ, ਖੁਸ਼ਾਮਦੀਦ ਦਿੱਤੀ ਹੈ ਆਪਣੀ ਪਾਰਟੀ ਦੇ ਵਿੱਚ, ਠੀਕ ਹੈ, ਉਹਨਾਂ ਨੇ ਦਿਲ ਨਾਲ ਬੁਲਾਇਆ, ਅਤੇ ਤੁਸੀਂ ਫਿਰ ਵੀ ਉਹਨਾਂ ਨੂੰ ਤੋਹਫਾ ਦੇ ਦਿੰਦੇ ਹੋ। ਇਸੇ ਤਰ੍ਹਾਂ ਜਦੋਂ ਅਸੀਂ ਦਿਲ ਦੇ ਨਾਲ ਦੁਆ ਕਰਦੇ ਹਾਂ, ਅਜੇ ਕਿ ਸਾਡੀ ਜ਼ਿੰਦਗੀ ਬਿਲਕੁਲ ਮੁਕੰਮਲ ਨਹੀਂ ਹੈਗੀ, ਬਿਲਕੁਲ ਜਿਹੜਾ ਪਾਕ ਸਾਫ਼ ਨਹੀਂ ਹੈਗੀ, ਫਿਰ ਵੀ ਖੁਦਾ ਜਿਹੜਾ ਹੈਗਾ ਸਨ ਪ੍ਰਭੂ ਯਸੂ ਫਿਰ ਵੀ ਆਪਣੇ ਤੋਹਫੇ ਦੇ ਦਿੰਦਾ। ਪ੍ਰੋਫੈਸੀ ਦੇ ਤੋਹਫੇ, ਭਵਿੱਖਬਾਣੀ ਕਰਨਾ, ਠੀਕ ਹੈ, ਪ੍ਰੀਚਿੰਗ ਦਾ ਤੋਹਫਾ, ਕਲਾਮ ਸੁਣਾਉਣਾ, ਕਈ ਕਈ ਤੋਹਫੇ ਜਿਹੜੇ ਨੇ ਸਾਨੂੰ ਮਿਲ ਜਾਂਦੇ ਨੇ, ਬਹੁਤ ਸੇ ਤੋਹਫੇ ਮਿਲ ਜਾਂਦੇ ਨੇ। ਅਜੇ ਕਿ ਸਾਡੀ ਜ਼ਿੰਦਗੀਆਂ ਦੇ ਵਿੱਚ ਬਹੁਤ ਸੀ ਕਮੀਆਂ ਨੇ, ਲੇਕਿਨ ਜਿਹੜੇ ਪਾਕਰੂ ਦੇ ਫਲ ਨੇ ਉਹ ਕੰਪਲੀਟਲੀ ਡਿਫਰੈਂਟ ਚੀਜ਼ ਹੈ। ਉਹ ਤੋਹਫੇ ਨਹੀਂ ਨੇ, ਉਹ ਪਾਕਰੂ ਪੈਦਾ ਕਰਦਾ ਸਾਡੀ ਜ਼ਿੰਦਗੀ ਦੇ ਵਿੱਚ, ਉਹ ਪਾਕਰੂ ਦੀ ਕੰਮ ਨੂੰ ਜਿਹੜਾ ਨਾ ਮੁਕੰਮਲ ਕਰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ। ਅਗਰ ਮੇਰੀ ਜ਼ਿੰਦਗੀ ਦੇ ਵਿੱਚ ਤੋਹਫੇ ਨੇ, ਲੇਕਿਨ ਮੈਂ ਅਜੇ ਤੱਕ ਆਪਣੇ ਜਿਹੜੇ ਪਾਕਰੂ ਦੇ ਫਲ ਨੇ ਉਹਨਾਂ ਨੂੰ ਜ਼ਾਹਿਰ ਨਹੀਂ ਕਰ ਸਕਦਾ, ਉਹਦੇ ਵਿੱਚ ਮੈਂ ਮੁਕੰਮਲ ਨਹੀਂ ਹੋਇਆ, ਤਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਵੱਡੀ ਕਮੀ ਹੈ। ਆਫਕੋਰਸ ਮੈਂ ਵੀ ਕਹਿਣਾ ਚਾਹਾਂਗਾ ਕਿ ਕੋਈ ਵੀ ਕਦੀ ਵੀ ਮੁਕੰਮਲ ਤੌਰ 'ਤੇ ਪਹੁੰਚਦਾ ਨਹੀਂ ਉਸ ਲੈਵਲ 'ਤੇ ਜਿੱਥੇ ਖੁਦਾਵਨ ਚਾਹੁੰਦਾ, ਲੇਕਿਨ ਅਗਰ ਬਹੁਤ ਹੀ ਜ਼ਿਆਦਾ ਕਮੀ ਹੈ ਸਾਡੇ ਦਿਲਾਂ ਦੇ ਵਿੱਚ, ਸਾਡੀ ਜ਼ਿੰਦਗੀਆਂ ਦੇ ਵਿੱਚ ਖੁਦਾ ਦੇ ਫਲ ਦੀ, ਖੁਦਾ ਦੇ ਪਾਕਰੂ ਦੇ ਫਲ ਦੀ, ਤਾਂ ਅਸੀਂ ਇਸ ਚੀਜ਼ ਦੇ ਉੱਤੇ ਜਿਹੜਾ ਵਿਚਾਰ ਕਰਨਾ, ਅਸੀਂ ਇਸ ਚੀਜ਼ ਦੇ ਬਾਰੇ 'ਚ ਸੋਚਣਾ ਅਤੇ ਸਮਝਣਾ। ਬੜਾ ਸ਼ੋਰਟ ਮੈਸੇਜ ਦੇ ਰਿਹਾ ਵਾਂ, ਠੀਕ ਹੈ। ਮੇਰੀ ਇੱਕ ਪ੍ਰੀਚਿੰਗ ਸੀਰੀਜ਼ ਹੈਗੀਆਂ ਨੇ ਜਿਹਦੇ 'ਤੇ ਵਿੱਚ ਮੈਂ ਹਰ ਇੱਕ ਫਲ ਦੇ ਉੱਤੇ ਜਿਹੜਾ ਨਾ ਮੈਂ ਤਫਸੀਲ ਦੇ ਨਾਲ ਗੱਲ ਕੀਤੀ ਹੈ, ਲੇਕਿਨ ਫੋਰ ਇਗਜ਼ਾਮਪਲ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਲੋਕਾਂ ਨੂੰ ਪਿਆਰ ਕਰਨਾ ਚਾਹੁੰਦੇ ਹਾਂ, ਠੀਕ ਹੈ, ਲੇਕਿਨ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆਪਣੇ ਉਹ ਪਿਆਰ ਹੈਗਾ ਨਹੀਂ, ਠੀਕ ਹੈ। ਨੈਚੁਰਲੀ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਪਿਆਰ ਨਹੀਂ ਆਉਂਦਾ, ਲਵ ਨਹੀਂ ਹੈਗਾ ਲੋਕਾਂ ਲਈ, ਲਵ ਨਹੀਂ ਹੈਗਾ ਉਹਨਾਂ ਲਈ ਜਿਹਨਾਂ ਨੂੰ ਕੋਈ ਜ਼ਰੂਰਤਮੰਦ ਹੈ, ਬੰਦਾ ਜਿਹਨੂੰ ਕੋਈ ਚੀਜ਼ ਚਾਹੀਦੀ ਹੈ, ਠੀਕ ਹੈ, ਅਗਰ ਸਾਡੇ ਅੰਦਰ ਉਹ ਖੁਸ਼ੀ ਨਹੀਂ ਹੈਗੀ, ਜੋਏ, ਕਈ ਲੋਕ ਪੈਸਾ ਪਾ ਕੇ ਖੁਸ਼ ਹੋ ਜਾਂਦੇ ਨੇ ਲੇਕਿਨ ਫਿਰ ਵੀ ਅੰਦਰੋਂ ਖਾਲੀ ਰਹਿੰਦੇ ਨੇ, ਫਿਰ ਵੀ ਉਹਨਾਂ ਦੇ ਵਿੱਚ ਉਹ ਸੈਟਿਸਫੈਕਸ਼ਨ ਨਹੀਂ ਹੈਗੀ, ਕਿ ਉਹ ਮਹਿਸੂਸ ਕਰਦੇ ਨੇ ਕਿ ਕੋਈ ਕਮੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਉਹ ਜੋਏ ਨਹੀਂ ਹੈਗਾ, ਉਹ ਖੁਸ਼ਹਾਲੀ ਨਹੀਂ ਹੈਗੀ ਜਿਸ ਦੀ ਵਾਰ ਤੋਂ ਉਹ ਕਹਿ ਸਕਣ ਕਿ ਜੀ ਮੈਂ ਬਹੁਤ ਖੁਸ਼ਹਾਲ ਹਾਂ, ਚਾਹੇ ਮੇਰੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ, ਮੇਰੇ ਕੋਲ ਯਿਸੂ ਮਸੀਹ ਹੈ, ਤਾਂ ਇਹੋ ਹੀ ਬਹੁਤ ਕੁਛ ਹੈ। ਅਤੇ ਜਦੋਂ ਤੱਕ ਸਾਡੇ ਅੰਦਰ ਉਹ ਖੁਸ਼ਹਾਲੀ ਨਹੀਂ ਆਉਂਦੀ, ਉਹ ਜੋਏ ਨਹੀਂ ਆਉਂਦਾ, ਉਹ ਕੰਟੈਂਟਮੈਂਟ ਨਹੀਂ ਆਉਂਦੀ, ਤਾਂ ਅਸੀਂ ਜਿਹੜਾ ਨਾ ਉਹ ਲੈਕ ਕਰਦੇ ਹਾਂ ਖੁਦਾ ਦਾ ਫਲ, ਜਿਨ ਖੁਸ਼ਹਾਲੀ ਜਾਂ ਜੋਏ ਕਿਹਾ ਜਾਂਦਾ, ਖੁਸ਼ੀ ਕਹੀ ਜਾਂਦੀ ਹੈ, ਪੀਸ, ਅਮਨ, ਸ਼ਾਂਤੀ। ਅਗਰ ਸਾਡੀ ਜ਼ਿੰਦਗੀਆਂ ਦੇ ਵਿੱਚ ਅਮਨ ਨਹੀਂ ਗਾ, ਸਕੂਨ ਨਹੀਂ ਗਾ, ਸ਼ਾਂਤੀ ਨਹੀਂ ਗੀ, ਹਰ ਵਕਤ ਅਸੀਂ ਸੋਚੀ ਪਏ ਰਹਿੰਦੇ ਹਾਂ, ਹਰ ਵਕਤ ਅਸੀਂ ਟੈਨਸ਼ਨ 'ਚ ਰਹਿੰਦੇ ਹਾਂ, ਹਰ ਵਕਤ ਅਸੀਂ ਸੋਚਦੇ ਯਾਰ ਇਹ ਕਿਸ ਤਰ੍ਹਾਂ ਹੋਏਗਾ ਕੰਮ, ਜਾਂ ਉਹ ਕੰਮ ਕਿਸ ਤਰ੍ਹਾਂ ਹੋਏਗਾ, ਇਹ ਕਮੀ ਕਿਸ ਤਰ੍ਹਾਂ ਪੂਰੀ ਹੋਏਗੀ, ਅੱਗੇ ਪਿੱਛੇ ਅਗਰ ਸਾਡੇ ਕੋਈ ਅਫਵਾਹ ਹੈ ਜਾਂ ਬਿਮਾਰੀ ਹੈ ਜਾਂ ਕਿਸੇ ਵੀ ਕਿਸਮ ਦੀ ਮੁਸ਼ਕਿਲਾਂ ਮੁਸੀਬਤਾਂ ਨੇ, ਅਤੇ ਅਸੀਂ ਉਹ ਸਿਚੁਏਸ਼ਨਸ ਦੇ ਵਿੱਚ ਸਾਡੇ ਕੋਲ ਅਗਰ ਅਮਨ ਸ਼ਾਂਤੀ ਨਹੀਂ ਹੈਗਾ, ਠੀਕ ਹੈ, ਅਤੇ ਸਾਡੇ ਅੰਦਰ ਕਮੀ ਹੈ ਉਹ ਫਲ ਦੀ, ਜਿਹਨੂੰ ਕਿਹਾ ਜਾਂਦਾ ਸ਼ਾਂਤੀ, ਪੀਸ, ਅਮਨ, ਪੇਸ਼ੈਂਸ,
ਇੰਤਜ਼ਾਰ ਕਰਨਾ, ਆਰਾਮ ਨਾਲ ਸਕੂਨ ਨਾਲ ਇੰਤਜ਼ਾਰ ਕਰਨਾ। ਬਾਈ ਜਿਨ ਕਿਹਾ ਜਾਂਦਾ ਯਾਰ ਥੋੜ੍ਹਾ ਜਿਹਾ ਸ਼ਾਂਤੀ ਕਰੋ, ਥੋੜ੍ਹਾ ਪੇਸ਼ੈਂਸ ਰੱਖੋ, ਸਕੂਨ ਨਾਲ ਇੰਤਜ਼ਾਰ ਕਰੋ ਖੁਦਾਵੰਦ ਦਾ। ਸਬਰ, ਸਬਰ ਵਰਡ ਹੈ ਐਕਚੁਲੀ, ਸਬਰ ਨਹੀਂ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ, ਬਸ ਸਭ ਕੁਝ ਜਲਦੀ 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 ਹੋ ਜਾਏ। ਜਿਸ ਤਰ੍ਹਾਂ ਤੁਸੀਂ ਜਾਂਦੇ ਹੋ ਡਰਾਈਵ ਥਰੂ 'ਚੋਂ, ਇੱਕ ਪਾਸੋਂ ਤੁਸੀਂ ਔਡਰ ਕਰਦੇ ਹੋ, 2 ਮਿੰਟ ਬਾਅਦ ਅੱਗੇ ਖਾਣਾ ਤਿਆਰ ਹੋ ਜਾਂਦਾ। ਅਸੀਂ ਸਭ ਨੇ ਸਭ ਕੁਝ ਫੌਰਨ ਦੁਆ ਕੀਤੀ ਹੈ ਅਤੇ ਫੌਰਨ ਹੀ ਆਨਸਰ ਹੋ ਜਾਏ, ਅੱਜ ਹੀ ਖੁਦਾਵੰਦ ਪ੍ਰੋਵਾਈਡ ਕਰਦੇ। ਸਬਰ ਨਹੀਂ, ਸਬਰ ਨਹੀਂ ਹੈ। ਇਹ ਚੀਜ਼ਾਂ ਜ਼ਾਹਿਰ ਕਰਦੀਆਂ ਨੇ ਕਿ ਅਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਕਮੀਆਂ ਨੇ ਖੁਦਾ ਦੇ ਫਲ ਦੀਆਂ। ਅੱਗੇ ਖਾਇਨੈਸ, ਗੁੱਡਨੈਸ, ਨਰਮੀ, ਲੋਕਾਂ ਨੂੰ ਤੁਸੀਂ ਆਪਣਾ ਨਰਮਪਨ ਦਿਖਾਉਣਾ, ਪਿਆਰ ਦਿਖਾਉਣਾ, ਆਪਣਾ ਸੁਲਝਿਆ ਹੋਇਆਪਨ ਦਿਖਾਉਣਾ, ਵਫਾਦਾਰੀ, ਚਰਚ ਦੇ ਨਾਲ ਨਹੀਂ ਵਫਾਦਾਰੀ, ਆਪਣੇ ਇੰਪਲੋਇਰਸ ਦੇ ਨਾਲ ਵਫਾਦਾਰੀ ਨਹੀਂ। ਵਫਾਦਾਰੀ 'ਚ ਅਸੀਂ ਪ੍ਰੋਪਰ ਤਰੀਕੇ ਨਾਲ ਵਫਾਦਾਰ ਹੋ ਕੇ ਖੁਦਾਵੰਦ ਦੀ ਖਿਦਮਤ ਨਹੀਂ ਕਰ ਰਹੇ। ਜਦੋਂ ਮੂਡ ਹੁੰਦਾ ਖਿਦਮਤ ਕਰਨੇ ਹਾਂ, ਜਦੋਂ ਮੂਡ ਨਹੀਂ ਹੁੰਦੇ ਉਸ ਵਕਤ ਅਸੀਂ ਬਹਿ ਜਾਂਦੇ ਹਾਂ, ਪਿੱਛੇ ਹੋ ਜਾਂਦੇ ਹਾਂ। ਅਤੇ ਇਹ ਚੀਜ਼ਾਂ ਨੂੰ ਸਟੱਡੀ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਸੈਲਫ ਕੰਟਰੋਲ, ਆਪਣੇ ਆਪ 'ਤੇ ਕਾਬੂ ਰੱਖਣਾ, ਆਪਣੀ ਖੁਆਇਸ਼ਾਂ 'ਤੇ ਕਾਬੂ ਰੱਖਣਾ, ਆਪਣੇ ਜਿਹੜੀ ਚੀਜ਼ਾਂ ਹੈਗੀਆਂ ਨੇ ਜਿਹੜੀ ਈਜ਼ੀਲੀ ਜੋ ਗੁਨਾਹ ਨੇ ਸਾਨੂੰ ਵਰਗਲਾ ਲੈਂਦੇ ਨੇ, ਉਹਨਾਂ ਦੇ ਉੱਤੇ ਕਾਬੂ ਰੱਖਣਾ, ਇਹ ਬਹੁਤ ਬਹੁਤ ਜ਼ਰੂਰੀ ਚੀਜ਼ ਹੈ। ਅਸੀਂ ਬੜੀ ਆਸਾਨੀ ਨਾਲ ਜਿਹੜਾ ਸਲਿਪ ਹੋ ਜਾਂਦੇ ਹਾਂ, ਗੁਨਾਹ 'ਚ ਚਲੇ ਜਾਂਦੇ ਹਾਂ। ਸੈਲਫ ਕੰਟਰੋਲ, ਅਗਰ ਇਹ ਚੀਜ਼ਾਂ ਨੋ ਗਿਫਟ ਜਿਹੜੇ ਹੈਗੇ ਨੇ, ਤੁਸੀਂ ਸਟੱਡੀ ਕਰੋ ਆਪਣੀ ਬਾਈਬਲ ਦੇ ਵਿੱਚ, ਆਪਣੀ ਪੰਜਾਬੀ ਬਾਈਬਲ 'ਚ ਇਹ ਚੀਜ਼ਾਂ ਨੂੰ ਗੌਰ ਦੇ ਨਾਲ ਸਟੱਡੀ ਕਰੋ। ਇੱਕ ਦਫ਼ਾ ਫਿਰ ਰੈਫਰੈਂਸ ਦੇਵਾਂਗਾ, ਗਲੇਸ਼ੀਅਨਸ ਚੈਪਟਰ 5 ਵਰਸ 22-23। ਇਹ ਖੁਦਾ ਦੇ ਫਲਾਂ ਨੂੰ ਸਮਝੋ ਅਤੇ ਇਹਨਾਂ ਲਈ ਪ੍ਰਾਰਥਨਾ ਕਰੋ, ਦੁਆ ਕਰੋ ਕਿ ਖੁਦਾਵੰਦ ਇਹ ਫਲ ਤੇਰੀ ਮੇਰੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜ਼ਾਹਿਰ ਹੋਣ। ਅਤੇ ਦੂਸਰੀ ਚੀਜ਼ ਅਸੀਂ ਇਹ ਯਾਦ ਰੱਖਣੀ ਹੈ ਕਿ ਇਹ ਫਲ ਅਸੀਂ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ ਆਪਣੀ ਜ਼ਿੰਦਗੀ 'ਚ। ਇਹ ਰੂਹ ਦੇ ਫਲ ਨੇ, ਮੇਰੇ ਫਲ ਨਹੀਂ ਹੈਗੇ, ਜਾਂ ਕਿਸੇ ਪ੍ਰੀਚਰ ਦੇ ਫਲ ਨਹੀਂ ਗਏ, ਜਾਂ ਕਿਸੇ ਹੋਰ ਇਨਸਾਨ ਦੇ ਫਲ ਨਹੀਂ ਗਏ। ਇਹ ਫਲਾਂ ਨੂੰ ਅਸੀਂ ਆਪ ਪੈਦਾ ਨਹੀਂ ਕਰ ਸਕਦੇ। ਅਗਰ ਅਸੀਂ ਟਰਾਈ ਕਰੀਏ ਆਪ ਇਹ ਪੈਦਾ ਕਰਨ ਦੀ ਇਹ ਫਲਾਂ ਨੂੰ, ਤਾਂ ਅਸੀਂ ਫੇਲ ਹੋਵਾਂਗੇ। ਕਈ ਲੋਕ ਪਿਆਰ ਕਰਦੇ ਨੇ ਲੇਕਿਨ ਉਹ ਆਪਣੇ ਤੌਰ ਤੋਂ ਕਰਦੇ ਨੇ, ਕਈ ਲੋਕ ਆਪਣੇ ਆਪ ਨੂੰ ਕੰਟਰੋਲ ਕਰਦੇ ਨੇ, ਉਹ ਆਪਣੇ ਤੌਰ ਤੋਂ ਕੰਟਰੋਲ ਕਰਦੇ ਨੇ। ਜਦੋਂ ਅਸੀਂ ਖੁਦਾ ਦੇ ਪਾਕ ਰੂਹ ਨੂੰ ਕੰਪਲੀਟ ਕੰਟਰੋਲ ਦੇ ਦਿੰਦੇ ਹਾਂ, ਉਸ ਵਕਤ ਇਹ ਚੀਜ਼ਾਂ, ਇਹ ਖੁਦਾ ਦੇ ਫਲ ਸਾਡੀ ਜ਼ਿੰਦਗੀ ਦੇ ਵਿੱਚ ਜ਼ਾਹਿਰ ਹੋਣਾ ਸ਼ੁਰੂ ਹੋ ਜਾਂਦੇ ਨੇ। ਖੁਦਾਵੰਦ ਨੇ ਆਪਣੇ ਪਾਕ ਕਲਾਮ 'ਚ ਯੋਹੰਨਾ ਨਬੀ ਔਰ ਹੀ ਗੋਸਪਲ ਦੇ ਵਿੱਚ ਔਰ ਇਹ 15ਵਾਂ ਬਾਬ ਦੇ ਵਿੱਚ ਖੁਦਾਵੰਦ ਨੇ ਲਿਖਿਆ ਕਿ ਰਮੇਨ ਇਨ ਮੀ, ਮੇਰੇ 'ਚ ਤੁਸੀਂ ਬੰਦੇ ਰਹੋ, ਮੇਰੇ ਨਾਲ ਤੁਸੀਂ ਜੁੜੇ ਰਹੋ। ਜਦੋਂ ਅਸੀਂ ਖੁਦਾਵੰਦ ਦੇ ਨਾਲ ਜੁੜੇ ਰਹਿੰਦੇ ਹਾਂ ਆਪਣੀ ਪ੍ਰਸ਼ਤਿਸ ਦੇ ਨਾਲ, ਆਪਣੇ ਡਿਵੋਸ਼ਨ ਦੇ ਨਾਲ, ਆਪਣੀ ਪ੍ਰਾਰਥਨਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਖੁਦਾਵੰਦ ਦੇ ਨਾਲ ਜੁੜੇ ਰਹਿੰਦੇ ਹਾਂ, ਉਸ ਵਕਤ ਖੁਦਾਵੰਦ ਜਿਹੜਾ ਹੈਗਾ ਇਹ ਫਲਾਂ ਦੀ ਪੈਦਾਵਾਰ ਕਰਦਾ ਸਾਡੀ ਜ਼ਿੰਦਗੀ ਦੇ ਵਿੱਚ। ਇਹ ਸਾਡੀ ਆਪਣੀ ਕੋਸ਼ਿਸ਼ ਦੇ ਨਾਲ ਪੈਦਾ ਨਹੀਂ ਹੋ ਸਕਦੇ। ਅਸੀਂ ਖੁਦਾ ਦੇ ਰੂਹ ਦਾ ਜਿਹੜਾ ਸੀਡ ਹੈ, ਉਹਦਾ ਜਿਹੜਾ ਬੀਜ ਹੈ, ਜਿਹੜੇ ਸਾਡੀ ਜ਼ਿੰਦਗੀਆਂ ਦੇ ਵਿੱਚ ਆਲਰੇਡੀ ਬੋਇਆ ਗਿਆ, ਉਹਨੂੰ ਅਸੀਂ ਪਾਣੀ ਦੇਣਾ, ਪਾਣੀ ਖੁਦਾ ਦਾ ਰੂਹ ਦੇਣਾ, ਅਤੇ ਉਹਨੂੰ ਅਸੀਂ ਰੋਸ਼ਨੀ ਦੇਣੀ ਹੈ। ਜਿਸ ਤਰ੍ਹਾਂ ਕਿ ਨੈਚੁਰਲੀ ਅਗਰ ਅਸੀਂ ਗੱਲ ਕਰੀਏ, ਜਿਹੜੇ ਫਲ ਹੁੰਦੇ ਨੇ, ਜਿਹੜਾ ਇੱਕ ਪੌਦਾ ਹੁੰਦਾ ਜਾਂ ਇੱਕ ਦਰਖਤ ਹੁੰਦਾ, ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਇੱਕ ਰੋਸ਼ਨੀ ਅਤੇ ਪਾਣੀ, ਅਤੇ ਤੀਸਰੀ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹਦੇ ਲਈ ਕਿ ਉਹ ਕਿਸ ਜਗ੍ਹਾ 'ਤੇ ਪਲਾਂਟ ਕੀਤਾ ਗਿਆ। ਅਸੀਂ ਅਗਰ ਗੱਲ ਕਰੀਏ ਫੋਰ ਐਗਜ਼ਾਮਪਲ ਅੰਬ ਦੇ ਦਰਖਤ ਦੀ, ਇੱਕ ਅੰਬ ਬੜਾ ਖੂਬਸੂਰਤ, ਇੱਕ ਬੜਾ ਮਿੱਠਾ ਇੱਕ ਫਲ ਹੈ, ਠੀਕ ਹੈ ਨਾ। ਅਗਰ ਉਹ ਅੰਬ ਦੇ ਦਰਖਤ ਜਿਹੜੇ ਇੰਡੀਆ
ਦੇ ਵਿੱਚ ਹੀ ਨੇ, ਉਹ ਜਿਹੜਾ ਸਾਨੂੰ ਇੰਡੀਆ ਦੇ ਵਿੱਚ ਮਿਲਦਾ। ਅਗਰ ਉਹ ਦਰਖਤ ਨੂੰ ਅਸੀਂ ਇੱਥੇ ਲਾ ਕੇ ਪਲਾਂਟ ਕਰ ਦਈਏ ਇੰਗਲੈਂਡ ਦੇ ਵਿੱਚ ਜਾਂ ਸਾਈਪਰਸ ਦੇ ਵਿੱਚ, ਸ਼ਾਇਦ ਸਾਨੂੰ ਉਹ ਜਿਹੜਾ ਟੇਸਟ ਹੈ ਉਹ ਨਹੀਂ ਮਿਲੇਗਾ। ਅਤੇ ਉਹ ਆਮ ਦੇ ਦਰਖਤ ਦਾ ਜਿਹੜਾ ਫਲ ਲਿਆਉਣਾ ਹੈਗਾ ਉਹ ਇਸ ਚੀਜ਼ 'ਤੇ ਬੇਸ ਕਰਦਾ ਉਹ ਪਲਾਂਟ ਕਿੱਥੇ ਕੀਤਾ ਗਿਆ। ਅਤੇ ਉਹ ਆਮ ਦਾ ਦਰਖਤ ਜੋ ਇੰਡੀਆ ਦੇ ਵਿੱਚ ਪਲਾਂਟ ਕੀਤਾ ਗਿਆ ਉਹ ਉੱਥੇ ਦੀ ਪੈਦਾਵਾਰ ਹੈ। ਉੱਧਰ ਦਾ ਆਮ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਮਿੱਠਾ, ਖੂਬਸੂਰਤ, ਸਾਡੇ ਲਈ ਜਿਹੜਾ ਬੜੀ ਮਜ਼ੇਦਾਰ ਇੱਕ ਫਲ ਰਹੇਗਾ। ਲੇਕਿਨ ਅਗਰ ਉਹ ਦਰਖਤ ਨੂੰ ਅਸੀਂ ਮੂਵ ਕਰਦੇ ਕਿਸੇ ਹੋਰ ਜਗ੍ਹਾ 'ਤੇ ਜੋ ਠੰਡਾ ਮੁਲਕ ਹੈ, ਉੱਥੇ ਉਹ ਆਮ ਦਾ ਦਰਖਤ ਪੈਦਾਵਾਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਤੁਸੀਂ ਜਿਸ ਜਗ੍ਹਾ 'ਤੇ ਪਲਾਂਟ ਕੀਤੇ ਗਏ ਹੋ ਸਪਿਰਚੁਅਲੀ, ਸਾਡੀ ਜ਼ਿੰਦਗੀਆਂ ਕਿਸ ਚਰਚ ਦੇ ਵਿੱਚ ਪਲਾਂਟ ਕੀਤੀਆਂ ਗਈਆਂ ਨੇ, ਉਹ ਬਹੁਤ ਬਹੁਤ ਮਾਇਨੀ ਰੱਖਦਾ, ਬਹੁਤ ਬਹੁਤ ਮਾਇਨੀ ਰੱਖਦਾ। ਅਗਰ ਅਸੀਂ ਗਲਤ ਜਗ੍ਹਾ ਦੇ ਵਿੱਚ ਪਲਾਂਟ ਹੀ ਕਰਨੇ ਪਏ ਆਪਣੇ ਆਪ ਨੂੰ, ਤਾਂ ਸਾਡੀ ਜ਼ਿੰਦਗੀ ਦੇ ਵਿੱਚ ਉਹ ਪਾਖਰੂ ਦੇ ਫਲਾਂ ਦੀ ਪੈਦਾਵਾਰ ਨਹੀਂ ਹੋ ਸਕੇਗੀ। ਇਸ ਲਈ ਬਹੁਤ ਬਹੁਤ ਜ਼ਰੂਰੀ ਹੈ, ਬਹੁਤ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਕਿੱਥੇ ਪਲਾਂਟ ਕੀਤੇ ਗਏ। ਅਗਰ ਤੁਸੀਂ ਹਾਊਸ ਆਫ ਗਲੋਰੀ ਸਾਈਪ੍ਰਸ ਚਰਚ ਦਾ ਹਿੱਸਾ ਹੋ, ਬ੍ਰਾਂਚ ਨੈਟਵਰਕਸ ਦਾ ਹਿੱਸਾ ਹੋ, ਠੀਕ ਹੈ, ਤਾਂ ਤੁਸੀਂ ਇੱਕ ਅੱਛੀ ਜਗ੍ਹਾ ਦੇ ਵਿੱਚ ਪਲਾਂਟ ਕੀਤੇ ਗਏ ਹੋ, ਜਿੱਥੇ ਸਾਡਾ ਗੋਲ ਹੀ ਹੈ, ਜਿੱਥੇ ਸਾਡਾ ਇੱਕ ਇਮਾਨ ਹੀ ਹੈ ਕਿ ਹਰ ਬੰਦੇ ਲਈ ਖੁਦਾਵੰਦ ਨੇ ਕੋਲਿੰਗ ਮਹਿਸੂਸ ਕੀਤੀ ਗਈ ਹੈ। ਬੁਲਾਵਟ ਖੁਦਾਵੰਦ ਦਾ ਬੁਲਾਵਾ ਹੈਗਾ ਹਰ ਕਿਸੇ ਲਈ, ਔਰ ਖੁਦਾਵੰਦ ਚਾਹੁੰਦਾ ਕਿ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਪੈਦਾਵਾਰ ਹੋਏ ਜ਼ਿਆਦਾ ਤੋਂ ਜ਼ਿਆਦਾ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਫਲ ਲੈ ਕੇ ਆਓ। ਔਰ ਇਹੀ ਸਾਡੇ ਚਰਚ ਦਾ ਜਿਹੜਾ ਮੋਟੋ ਹੀ ਗਿਆ, ਏਮ ਹੀ ਗਿਆ ਕਿ ਅਸੀਂ ਲੋਕਾਂ ਨੂੰ ਪ੍ਰਿਪੇਅਰ ਕਰੀਏ ਖੁਦਾਵੰਦ ਦੀ ਖਿਦਮਤ ਲਈ। ਲੇਕਿਨ ਇਸ ਤੋਂ ਪਹਿਲਾਂ ਕਿ ਉਹ ਖੁਦਾਵੰਦ ਦੀ ਖਿਦਮਤ ਕਰ ਸਕੀਏ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਖੁਦਾ ਦੇ ਪਾਕ ਰੂਹ ਦੇ ਫਲਾਂ ਦੀ ਜ਼ਰੂਰਤ ਹੈ। ਉਸ ਫਲਾਂ ਤੋਂ ਬਗੈਰ ਖਿਦਮਤ ਕਰਨਾ ਬੇਫਾਇਦਾ ਹੈ, ਉਸ ਫਲਾਂ ਤੋਂ ਬਗੈਰ ਖੁਦਾ ਦਾ ਚਰਚਾ ਕਰਨਾ ਨਾ ਲੈਣਾ ਬੇਫਾਇਦਾ ਹੈ। ਆਫਕੋਰਸ ਸਾਡੇ ਸਾਰਿਆਂ ਦੇ ਵਿੱਚ ਡਿਫਰੈਂਟ ਡਿਫਰੈਂਟ ਕਿਸਮ ਦੀ ਕਮੀਆਂ ਨੇ, ਕੋਈ ਮੁਹੱਬਤ ਪਿਆਰ ਦੇ ਵਿੱਚ ਬਹੁਤ ਅੱਗੇ ਨੇ ਲੇਕਿਨ ਉਹ ਸ਼ਾਇਦ ਆਪਣੇ ਉੱਤੇ ਕਾਬੂ ਰੱਖਣ ਦਾ ਜ਼ੋਰ ਨਹੀਂ ਰੱਖਦੇ। ਕਈ ਲੋਕ ਨਰਮੀ ਦੇ ਅੰਦਰ ਬਹੁਤ ਜ਼ਿਆਦਾ ਨੇ, ਕਾਇੰਡਨੈਸ ਦੇ ਅੰਦਰ, ਗੁੱਡਨੈਸ ਦੇ ਅੰਦਰ, ਭਲਾਈ ਲਈ, ਚੰਗਾਈ ਲਈ, ਲੋਕਾਂ ਲਈ ਬਹੁਤ ਚੰਗੇ ਨੇ, ਲੇਕਿਨ ਉਹਨਾਂ ਦੇ ਵਿੱਚ ਸ਼ਾਇਦ ਅਮਨ ਨਹੀਂ ਗਾ, ਸ਼ਾਂਤੀ ਨਹੀਂ ਗੀ, ਸਬਰ ਨਹੀਂ ਗਾ। ਅਤੇ ਤੁਸੀਂ ਦੇਖਣਾ ਕਿ ਕੌਣ ਸਾ ਫਲ ਜਿਹੜਾ ਤੁਸੀਂ ਲੈਕ ਕਰਦੇ ਪਏ ਹੋ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਉਸ ਫਲ ਨੂੰ ਦੁਆ ਕਰੋ, ਖੁਦਾਵੰਦ ਦੇ ਨਾਲ ਜੁੜੇ ਰਹੋ, ਪ੍ਰਾਰਥਨਾ ਕਰੋ, ਯਿਸੂ ਮਸੀਹ ਦੇ ਨਾਲ ਬੰਧੇ ਰਹੋ, ਅਤੇ ਉਸ ਫਲ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲੈ ਕੇ ਜਾਓ। ਸਾਡੀ ਐਨੀਵਰਸਰੀ ਆ ਰਹੀ ਹੈ, ਮੈਂ ਤੁਹਾਨੂੰ ਸਭ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ ਦੇਣਾ ਵਾ ਛੱਡੀ ਐਨੀਵਰਸਰੀ ਦੀ, ਖੁਦਾਵੰਦ ਦੇ ਨਾਲ ਨੂੰ ਜਲਾਲ ਦਿੰਦੇ ਹਾਂ। ਐਕਸਾਈਟਿਡ ਹੋ ਜਾਓ ਐਨੀਵਰਸਰੀ ਦੇ, ਐਕਸਾਈਟਿਡ ਹੋਵੋ ਕਿ ਸਾਡੀ ਆਪਣੀ ਐਨੀਵਰਸਰੀ ਆ ਰਹੀ ਹੈ, ਅਸੀਂ ਵੱਧ ਕੇ ਉਹਦੇ ਵਿੱਚ ਸ਼ਾਮਿਲ ਹੋਣਾ ਹੈ। ਆਪਣੇ ਦੋਸਤਾਂ ਨੂੰ, ਯਾਰਾਂ ਨੂੰ, ਸਭ ਨੂੰ ਬੁਲਾਓ, ਉਹਨਾਂ ਨੂੰ ਕਹੋ ਜੀ ਚਰਚ ਦੀ ਐਨੀਵਰਸਰੀ ਹੈ, ਇਨਵਾਈਟ ਕਰੋ, ਖੁਦਾ ਦੇ ਫਲਾਂ ਨੂੰ ਜ਼ਾਹਿਰ ਕਰੋ ਉਸ ਐਨੀਵਰਸਰੀ 'ਤੇ, ਜਿਸ ਤਰ੍ਹਾਂ ਵੀ ਹੋ ਸਕਦਾ ਉਸ ਐਨੀਵਰਸਰੀ ਦੇ ਵਿੱਚ ਇਨਵੋਲਵ ਹੋਵੋ, ਠੀਕ ਹੈ, ਆਪਣੇ ਤੋਹਫਿਆਂ ਨੂੰ ਇਸਤੇਮਾਲ ਕਰੋ ਐਨੀਵਰਸਰੀ 'ਚ, ਅਤੇ ਖੁਦਾਵੰਦ ਦੇ ਨਾਂ 'ਚ ਖੁਦਾਵੰਦ ਦੇ ਨਾਂ ਨੂੰ ਜਲਾਲ ਦਿਓ। ਅਤੇ ਖੁਦਾਵੰਦ ਤੁਹਾਨੂੰ ਬਹੁਤ ਬਹੁਤ ਬਰਕਤ ਦੇ, ਆਸ਼ੀਸ਼ ਦੇ। ਮੈਂ ਪ੍ਰਾਰਥਨਾ ਕਰਾਂਗਾ ਕਿ ਖੁਦਾਵੰਦ ਜਿਨ੍ਹਾਂ ਨੇ ਵੀ ਮੇਰੇ ਭੈਣਾਂ ਭਰਾਵਾਂ ਨੇ ਖੁਦਾਵੰਦ ਤੇਰਾ ਛੋਟਾ ਕਲਾਮ ਅੱਜ ਸੁਣਿਆ, ਸਮਝਿਆ ਖੁਦਾਵੰਦ ਯਿਸੂ ਮਸੀਹ, ਇਹ ਕਲਾਮ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ, ਇਹਨਾਂ ਦੀ ਰੂਹਾਂ ਦੇ ਵਿੱਚ ਉਤਰ ਜਾਏ, ਅਤੇ ਖੁਦਾਵੰਦ ਇਹ ਕਲਾਮ ਨੂੰ ਲੈ ਕੇ ਖੁਦਾਵੰਦ ਅੱਗੇ ਵਧਣ, ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਨਾ ਕਿ ਸਿਰਫ ਤੋਹਫੇ ਵਧਣ ਬਲਕਿ ਖੁਦਾ ਦੇ ਪਾਖਰੂ ਦੇ ਫਲ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਦਾ ਹੋਣ, ਅਤੇ ਖੁਦਾਵੰਦ ਉਹ ਸਭ ਚੀਜ਼ਾਂ ਤੋਂ ਖੁਦਾਵੰਦ ਤੇਰੇ ਨਾਂ ਨੂੰ ਜਲਾਲ ਮਿਲੇ। ਯਿਸੂ ਮਸੀਹ ਦੇ ਨਾਂ 'ਚ ਮੰਗ ਲੈਂਦੇ ਹਾਂ, ਆਮੀਨ।